ਕਿਉਂਕਿ ਵੀਰਾ ਹਾਂ ਜੀ ਬੜਾ ਸਕੂਨ ਆਇਆ ਨਮਾਜ਼ ਪੜ੍ਹ ਕੇ ਹਾਂ ਜੀ ਬਿਲਕੁਲ ਜਦੋਂ ਜਾਂਦੇ ਹਾਂ ਦਿਲ ਨਹੀਂ ਕਰਦਾ ਵੀ ਮਸੀਹ ਤੋਂ ਵਾਪਸ ਆ ਜਾਈਏ ਐਵੇਂ ਗੱਲ ਅੱਲਾਹ ਤਾਲਾ ਦੀ ਇਬਾਦਤ ਕਰਨ ਨਾਲ ਜਿਹੜਾ ਸਕੂਨ ਮਿਲਦਾ ਨਾ ਉਹ ਕਿਸੇ ਸ਼ਾਇਦ ਵਿੱਚ ਵੀ ਨਹੀਂ ਬਿਲਕੁਲ ਜੀ ਬਿਲਕੁਲ ਅੱਲਾਹ ਤਾਲਾ ਦਾ ਕਰਮ ਹੈ ਸਾਡੇ ਤੇ ਹਾਂ ਜੀ ਅੱਲਾਹ ਤਾਲਾ ਇਵੇਂ ਆਪਣਾ ਪਿਆਰ ਮੁਹੱਬਤ ਤੇ ਸਲੂਕ ਬਰਕਰਾਰ ਰੱਖੇ ਹੈ ਹਾਂ ਜੀ ਸੁਗਰੀ ਬੇਟਾ ਹਾਂ ਜੀ ਅੱਬਾ ਜੀ ਬੇਟਾ ਸੁੱਤੇ ਹੀ ਪਿਆ ਜੇ ਤੁਸੀਂ ਨਹੀਂ ਅੱਬਾ ਜੀ ਬਸ ਵੈਸੇ ਲੇਟ ਹੋਏ ਸੀ ਅੱਛਾ ਅੱਛਾ ਨਮਾਜ਼ ਪੜ੍ਹ ਲਈ ਬੇਟਾ ਹਾਂ ਜੀ ਮਾਸ਼ਾਅੱਲਾ ਮਾਸ਼ਾਅੱਲਾ ਤੁਸੀਂ ਪੜ੍ਹ ਲਈ ਹਾਂ ਜੀ ਹਾਂ ਜੀ ਪੜ੍ਹ ਲਈ ਸ਼ਾਬਾਸ਼ ਤੇ ਕਿਤੇ ਰਮਜ਼ੀ ਹੋਰੀ ਨਹੀਂ ਆਇਆ ਜੇ ਰਮਜ਼ੀ ਹੋਰੀ ਬਾਹਰ ਨਿਕਲੇ ਹੋਏ ਨੇ ਅੱਛਾ ਨਮਾਜ਼ ਪੜ੍ਹ ਕੇ ਤੇ ਆਏ ਸੀ ਫਿਰ ਵਾਪਸ ਚਲੇ ਗਏ ਨੇ ਅੱਛਾ ਅੱਛਾ ਕੰਮ ਤੇ ਚਲੇ ਗਏ ਹਾਂ ਜੀ ਮਾਸ਼ਾਅੱਲਾ ਅੱਲਾਹ ਤਾਲਾ ਸਾਡੇ ਘਰ ਦੇ ਵਿੱਚ ਨਾ ਇਵੇਂ ਇਤਫਾਕ ਰੱਖੇ ਨਾ ਆਮੀਨ ਹਾਂ ਅੱਛਾ ਸੁਗਰੀ ਬੇਟਾ ਭੁੱਖ ਬੜੀ ਲੱਗੀ ਏ ਕੋਈ ਖਾਣੇ ਖੁਣੇ ਦਾ ਇੰਤਜ਼ਾਮ ਕਰ ਲਓ ਅੱਛਾ ਅੱਬਾ ਮੈਂ ਗਰਮਾ ਗਰਮ ਰੋਟੀ ਬਣਾ ਕੇ ਹੁਣੇ ਤੁਹਾਡੇ ਕੋਲ ਲਿਆਂਦੀ ਆ ਆ ਜਾ ਚਲੋ ਠੀਕ ਹੈ ਵੇਖ ਅੱਲਾ ਨੇ ਨੋਆ ਦਿੱਤੀਆਂ ਉਹ ਵੀ ਡੀਨ ਵਰਗੀਆਂ ਬਿਲਕੁਲ ਨੋਆ ਦੀਆਂ ਹੀ ਹੁੰਦੀਆਂ ਨੇ ਹਾਂਜੀ 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 अस्सलाम वालेकुम अब्बा जी वालेकुम सलाम वालेकुम सलाम सुबह परसों तनखा आवन आली है ते तुहानू दे देसा कोई गल नहीं तू केड़ा कुछ जाया करने नु बेटा ना 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 असी तो यही होई है जिंदगी च जो कमाना आदे वाले साहब दी नजर कर देना क्योंकि तुसी सानू पारिया सांभिया पढ़ाया लिखाया इतनी मेहनत की ते आज साडा फर्ज बनदा असी तुहाडा अदब करिए ते जो कमाईए ओ तुहानू दे दिए अल्लाह सलामत रखे भाई अल्लाह सलामत रखे माशाअल्लाह जिंदगी वाले अब्बा जी इजाजत होवे ते मैं जाके आराम कर लवां काम कर करके मैं बहुत थकिया होया बिस्मिल्लाह बेटा तुसी नाल आओ ना के ते आराम करो आराम ही जिंदगी दा हिस्सा है जी हां जी आराम बहुत जरूरी है आ जा बेटी मेरी साबण साला पहले ना लेंगे जाके ठीक है अब्बा नक्शेर जी बरा यार मेरा रूह घबर रहा ते बार सैल ना कर रही पिंड दी मैं के पता नहीं तबीयत नहीं ठीक है आओ कर लेना सैर आ जा आ जा लाहौर चे रिश्ते सकिया बहन बड़िया सोहनिया ने असि सिरे मशवरे दे सकने जनाब नहीं बेटा ਸਾਡੇ ਮੂੰਹ ਤੇ ਗੱਲ ਨਹੀਂ ਪਾਉਂਦੀ ਸਾਡੀ ਜਵਾਨ ਔਲਾਦ ਹੈਗੀ ਅਸੀਂ ਕੋਈ ਇਸ ਤਰ੍ਹਾਂ ਦੇ ਕੰਮ ਕਰਦੇ ਚੰਗੇ ਲੱਗਾਂਗੇ ਉਹ ਕੀ ਸੋਚਣਗੇ ਜੇ ਅਗਰ ਖੁਦਾ ਨਾ ਖਾਸ ਤੇ ਕਿਸੇ ਹੋਰ ਫਸਾ ਲਈਆਂ ਤੁਹਾਡੇ ਹੱਥੋਂ ਮੌਕਾ ਨਿਕਲ ਜਾਣਾ ਮੈਂ ਤਾਂ ਤੁਹਾਨੂੰ ਮਸ਼ਵਰਾ ਦਿੱਤਾ ਤੇ ਉਸ ਤੋਂ ਬਾਅਦ ਸੋਹਣੀਆਂ ਤਿਤਰੀਆਂ ਜਿੰਨੀ ਤਾਰੀਫ ਕਰੋ ਉਨੀ ਥੋੜੀ ਹੈ ਜਨਾਬ ਠੀਕ ਹੈ ਬਖਸ਼ੇ ਦੇ ਹਾਂ ਟਰਾਈ ਮਾਰ ਨਾ ਲਈਏ ਉਹ ਨਹੀਂ ਉਹ ਨਹੀਂ ਕੋਈ ਸ਼ਰਮ ਕਰ ਲੋਗ ਆਪਨ ਕੀ ਆਖਸਨ ਬਲਾ ਕੁਛ ਨਹੀਂ ਹੁੰਦਾ ਟਰਾਈ ਮਾਰਨ ਚ ਕਿਹੜੇ ਹਾਂ ਨਹੀਂ 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 ਆਪਾਂ ਨਹੀਂ ਇਹ ਜੇ ਕੰਮ ਕਰਨਾ ਠੀਕ छोटे चोरी साहब हुने पिघले खले हाँ हाँ चोरी साहब ठीक है और चले दफा हो जाओ असि नहीं है जे बंदे कमीने ने चल दफा हो जाओ चलो तुम्हारी मर्जी असि ता मशवरा ही देवना है ये पुठे मशवरे आदे कोल ही रखो चलो ठीक है जाओ जाओ कुकी इन्हां दे यार पता ते करिए कौन है कित्थों आए ना मैं ते लगे बिना चेक ते करिए ओए उस नियत नाल नहीं साफ नियत नाल चला कोई शिट बंदा करदा ही है अस्सलाम वालेकुम वालेकुम सलाम ਕੌਣ ਨੇ ਤੇ ਕਿਦੋਂ ਆਏ ਨੇ ਅਸੀਂ ਤੁਹਾਡੇ ਹਮਸਾਏ ਆ ਪਰਾਏ ਨਹੀਂ ਹੈਗੇ ਆ ਤੇ ਅਸੀਂ ਇਹ ਪੁੱਛਣਾ ਚਾਹ ਰਹੇ ਸੀ ਵੀ ਤੁਸੀਂ ਇਹ ਮਕਾਨ ਲਿਆ ਕਿਰਾਏ ਤੇ ਤੇ ਕਿੱਥੋਂ ਆਏ ਨੇ ਤੇ ਤੁਹਾਡਾ ਕੋਈ ਧੀ ਪੁੱਤਰ ਜਾਂ ਤੁਹਾਡੇ ਕੋਈ ਮੀਂਹ ਅੱਗੇ ਪਿੱਛੇ ਕੋਈ ਹੈ ਸਾਡੇ ਧੀਆਂ ਪੁੱਤਰ ਕੋਈ ਨਹੀਂ ਆਣ ਨਾ ਸਾਡੇ ਕੋਈ ਅੱਗੇ ਪਿੱਛੇ ਅਸੀਂ ਦੋਵੇਂ ਭੈਣਾਂ ਉਹਦਾ ਵੀ ਸਾਈਂ ਮਰੇ ਹੋਇਆ ਤੇ ਮੇਰਾ ਵੀ ਸਾਈਂ ਮਰੇ ਹੋਇਆ ਅਸੀਂ ਲਾਹੌਰ ਚੋਂ ਆਇਆ ਤੇ ਇਹ ਮਕਾਨ ਲੈ ਕਿਰਾਏ ਤੇ ਲੋਕਾਂ ਦਾ ਘਰਾਂ ਦੇ ਵਿੱਚ ਕੰਮ ਕਰਕੇ ਬਰਤਨ ਬੁਰਤਨ ਧੋ ਕੇ ਤੇ ਅਸੀਂ ਆਪਣਾ ਗੁਜ਼ਾਰਾ ਕਰਨੇ ਆ ਬਰਤਨ ਧੋਲੇ ਭਾਂਡੇ ਧੋਲੇ ਸਫਾਈਆਂ ਕਰ ਲਈਆਂ ਹਾਂਡੀ ਪਕਾ ਲਈ ਰੋਟੀ ਪਕਾ ਲਈ ਆ ਲੈ ਬਾਜੀ ਮਿਹਨਤ ਵੀ ਕਰਨੀ ਹੋਈ ਭਾਈ ਜਾਨ ਇਹ ਤਾਂ ਬੜੀ ਦੁਖਿਆਰੀਆਂ ਇਹਨਾਂ ਨਾਲ ਤਾਂ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹਾਂ ਹਾਂ ਬਿਲਕੁਲ ਮਦਦ ਕਰਨੀ ਚਾਹੀਦੀ ਹੈ ਜੀ ਆਪਨੇ ਤਾਂ ਅੱਲਾ ਦਿੱਤਾ ਬੜਾ ਕੁਛ ਹੈਗਾ ਹਾਂ ਤੇ ਆਪਾਂ ਇਹਨਾਂ ਨੂੰ ਦੇ ਦੇਵਾਂਗੇ ਤੇ ਕਿਹੜਾ ਘਟ ਜਾਣਾ ਆਪਾਂ ਵੰਡ ਲੈਨੇ ਆ ਇਹਦੀ ਮਦਦ ਤੂੰ ਕਰ ਤੇ ਇਹਦੀ ਮਦਦ ਮੈਂ ਕਰਨਾ ਇਹ ਕੀ ਕਹਿੰਦਾ ਪਿਆ ਚੌਧਰੀ ਸਾਹਿਬ ਇਹ ਤਾਂ ਬੜਾ ਚੰਗਾ ਹੀ ਹੋ ਜਾਣਾ ਵੀ ਤੁਸੀਂ ਸਾਡੀ ਮਦਦ ਕਰ ਲਓਗੇ ਤਾਂ
मैं तो यह कहनी हाँ चोरी साहब तुम सा निकाह ही कर लो नाले असं लोगों दिन गलों तो बच जावे नाले सानू सहारा मिल जाएगा। हाँ सही गल मेरी बहन दी जवान देर वाकई नहीं करनी चाहिदी लेकिन असीं आपस विच ना एक दफा मशवरा कर लिए फिर तुहानूं दस्सदे आं। कुछ गलत लग रहा है मेरा ख्याल है कि आप काम ना करिए। कुछ नहीं होंदा अपनी जवान औलाद है यार वो भी अपन छड़ी आसी औलाद नहीं छड़ी कदे पानी छोटा मारा कदे पानी अलग होया फिर हुन की कहना तू कर लईए नेकी है ना देख नहीं किसान आ गई यार नहीं फसने आ यार। चलो ठीक है फिर इन्हां ने निकाह करी। हां ते घरे ले चल चल चलो आ जाओ ठीक है जी असी ना सलाह कर लईए तुसी इस तरह करो पिया भांडे भुंडे रख दियो ते चलो साडे नाल मस्जिद विच ते मौलवी साहब बैठे ने उथे निकाह करके ते आपां घरे चले जाओ। तेरा जोड़ ए बन ठीक हो गया आज मौला बशका बड़ा सिर बने घुट के जुआ नु दम देंदा पिया दम देंदा पिया ठीक तो मरण गलन तो सही ना। अच्छा यार तू ये वेख लाए आपस अपने प्यो ते हिक्के सूई विचू लगदे टपदे नहीं हो सकता किसे दिहाड़े भी अल्लाह रे बंदे अपने दादा ना इको बेड़ा अगर प्यावा ना भी इको बेड़ा ते अगर अपना पितरेरा ना भी इको बेड़ा कहना फरोके वेरी गुड डिबरी सही आखदा पे पर एक गल जेड़ी ते मैं गौर तुहानू करावना चाहना ना अपने प्यो पांच वक्त दे नमाजी है और नेक इंसान है आपा निक्के निक्के आसे अपनियां मावां मर गईयां अपनी खातर नहीं की इस गलू मैं प्यो की बहु कदर करना और तेरे प्यो की बहु कदर अपने प्यो ने अपने ते मावा है न, मावा मां प्यो है न, अपने प्यो की तारीफ कर दे। हां साडे प्यो की तो कोई रीस ही नहीं कर सकता ते एडे शरीफ बाजार जांदे पेवन ते निगे इथ पैरां च अख चात नहीं मेंदे। आज दा दिन माशाल्लाह बड़ा चंगा है। हां अपने निकाह हो गए। हां जी ऐ तो कबूतरियां तो कबूतरां च प्यार नहीं होंदा जी। तेन घरू तो चंगा बला गया है तेन क्या छट्टा बज गया आए काली कबूतरी लाद घरे आया खरा तो आपे नहीं आंदी पई है कबूतरी काली नहीं कक्की कबूतरी है मेरे प्यो काली कबूतरी लेके आया खोता
खुदा का खौफ करो अगर ये बूढ़ करना ही है तुसी ते आज तू 25 साल पहले कर लो जिस तरह निके निके आस्ते चलो मतरेइया मावा लित्ता रे जल लवी है अस आखी है चलो साड़िया मतरेइया मावा ए हुण कीती खड़ोते ने बूढ़ लोग सानू की आखन तुहाडे प्योवां की कीता चाचा भी मर गया चाचा इंदा साईं मरिया नहीं होना इन्हें कन्नी घोट कर मारिया होना जी जी इंदी शकल है चाचा तेरी उत्तू मारी आई चौधरी हले से बैठे भी नहीं तू तुहाडी औलाद जेड़ी है ना सानू बेइज्जत करन लग पई कुत्ते खाणी करन लग पई साडे नाल इस तो बेहतर ही है कि तुसी सानू तलाक ही दे दियो तलाक तलूक नहीं देनी ओए खबरदार असि तुहाडे प्यो आ ते तुसी आ गए जी असि जो फैसला कीता सही कीता चलो दफा हो जाओ कभी मैं नहीं थे चलो ठीक है चलो तुसी बैठो आ जाओ अंदर आओ समाणिया लिया के घरे बहाई बैठनी आपा हुण किधर रसाए तो समाणिया किधर रसण अपनिया मावा अपना एक घर है गए समझ आई है ना उन समाणिया नु आपा कटने है घरों बाहर आपा किवें कट सकने है ओ हुण निकाह करके आए खोते लेकिन रोला इस गल अपने को जागा थोड़ी है कि राशन आपा कि आपा रूड़ी थे मल्ली बैठी गुरु बार कर ली सर फिक्र ना कर मैं चाचा नु समझानी है चाचा तेन हो की क्या पिछले पारे किन्ना सोहना अपना घर है तू जरा पिछले पारे बूढ़ कर लिया चलो मोर कोई करो हया शर्म भी कोई नहीं है चाचा एक गल तो मैं दस तू बग्गी दाड़ी नाल पिछले बारे की काम कर लिया है मैं तो कट के ले आया मैं निकाह किया है की हो गया जी चाचा लेकिन ओदा निकाह करेंगे ना जब रमजी निकाह सारा आया हुन तो रमजी दा तू मुकाला करता पिया हां जी कोई मुकाला नहीं करता पिया उदो ये छोटे छोटे आन उदो मैं निकाह कर लेंदा ते इनन को हिसाब ना बारा लप्पा मेरी गल सुन ला मैं हुन तक तेरी अदब करता रहा तेरी इज्जत करता रहा अब्बा जी करता रहा हुन मैं तुम्हें अब्बा डब्बा संसा एना समाणिया नु घरों कट ना ता सानू घरों कट हां बस तानू कट सकने ना नहीं कट सकदे कर लो गल चाचा औलाद दमो नहीं गया ना ही होंदा धरना दमो नहीं गया होंदा पिया ने मकान लै दें करना की है मौला बसका तू वही करा निके आज सवानी ला जा आज साहब रहे आज रात गुजार लो मैं इन लैके तेन लैके आज साहब रहे रात गुजार लेना तो सुबह पिंड के सारे बंदे इतने इकट्ठे कर सा इतने जलूस कट सा जलूस कट सा सुबह मुकसा है हाँ चल ला के फैसला कराइए या समाणिये रस लिया सी दसा बस ठीक है दस
ਦਾ ਟਾਈਮ ਹੋ ਗਿਆ ਤੇ ਅੱਖ ਖਿਲੇਟ ਖੁੱਲੀ ਏ ਉਹ ਵੀ ਬਾਜੀ ਇਸ ਲਈ ਖੁੱਲੀ ਕਿ ਬੱਤੀ ਚਲੀ ਗਈ ਏ ਹਾਏ ਹਾਏ ਨੇ ਚੱਡੀ ਤਾਂ ਸਭਾ ਕਿਤੇ ਲੱਗੀ ਆਉਂਦੀ ਏ ਹਾਂ ਹਾਏ ਬਾਜੀ ਲੁੱਟ ਮਾਰ ਕਰਕੇ ਤੇ ਛਾਪਰ ਵੀ ਭਰੀ ਲਿਆਂਦੀ ਆਹ ਜ਼ਰਾ ਪਤਾ ਕਰੀ ਚੱਲ ਟੋਰ ਖਾਂ ਹਾਏ ਨੇ ਸਭਾ ਤੂੰ ਤਾਂ ਵੱਡਾ ਨਲਾਏ ਵੀ ਖਲੀ ਏ ਮੈਂ ਤਾਂ ਇੱਕ ਗੱਲ ਦਊ ਜਾਂ ਫੇਰ ਕੇ ਆਈ ਖੇ ਤੂੰ ਤਾਂ ਡਿਲੀਆਂ ਬੜੀਆਂ ਨੇ ਤੂੰ ਹੁਣ ਜਾ ਮੇਰੀ ਭੈਣ ਤੇ ਅਸੀਂ ਵੀ ਹੁਣ ਜਾ ਫੇਰ ਕੇ ਆਈਆਂ ਚਲ ਆ ਬਾਜੀ ਨਿਕਲਦੀ ਗੋ ਹਾਂ ਮਾਸ਼ਾਅੱਲਾ ਸਵੇਰ ਸਵੇਰ ਸਾੜੀਆਂ ਸਵਾਣੀਆਂ ਉੱਠ ਪਈਆਂ ਤੇ ਕਿਤੇ ਗਈਆਂ ਸਵੇਰ ਸਵੇਰ ਅਸੀਂ ਸੈਰ ਕਰਨ ਗਈਆਂ ਅਸੀਂ ਅਸੀਂ ਸੈਰ ਕਰਨ ਗਏ ਅਸੀਂ ਅੱਛਾ ਅੱਜ ਤਾਂ ਪਹਿਲਾ ਦਿਨ ਹੈ ਬਈ ਨਮਾਜ਼ ਹੀ ਰਹੇਗੀ ਸਵੇਰ ਦੀ ਕੋਈ ਗੱਲ ਨਹੀਂ ਬਾਜੋ ਤੁਹਾਨੂੰ ਕੋ ਖਵਾਈਏ ਪਿਵਾਈਏ ਚਲੋ ਅੱਲਾ ਮਾਫ ਕਰ ਸੀ ਚਲੋ ਆਜੋ ਆ ਜਾ ਨਹੀਂ ਕੱਟੀ ਚੱਲ ਮੇਰੀ ਟੋਤੀ ਆਜਾ 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 ਮੈਂ ਸਰਤਾਜ ਬਾਏ ਆਜਾ ਮੇਰੇ ਤੁਰੀ ਵਾਲੇ ਸਰਤਾਜ ਤੁਸੀਂ ਵੀ ਬੈਠੋ ਨਹੀਂ ਚੱਟੀ ਜੀ ਬਾਜੀ ਪਾਣੀ ਲੈ ਕੇ ਆ ਸਵੇਰ ਸਵੇਰ ਨਾਲ ਨਾ ਆਪਾਂ ਠੰਡਾ ਪਾਣੀ ਪਿਆਈਏ ਕਿਉਂ ਮੈਂ ਤਾਂ ਸੈਟਰ ਆਂਦਾ ਮੈਂ ਹੁਣੇ ਲੈ ਕੇ ਆਈ ਹਾਂ ਲੈ ਕੇ ਆ ਠੀਕ ਕੀਤੀ ਵੇਖ ਆਪਣੇ ਘਰ 'ਚ ਖੁਸ਼ੀਆਂ ਆਈਆਂ ਹੈ 20 ਸਾਲ ਤੋਂ ਆਪਾਂ ਭੁੱਲੇ ਹੀ ਰਹੇ ਆ ਅਸਲ ਜ਼ਿੰਦਗੀ ਤਾਂ ਹੁਣ ਸ਼ੁਰੂ ਹੁੰਦੀ ਪਈ ਹੈ ਬਜਾ ਫਰਮਾਇਆ ਛੋਟੇ ਭਾਈ ਓ ਹੋ ਮੇਰੀ ਜਾਨ ਨੂੰ ਕੀ ਹੋ ਗਿਆ ਕਿਉਂ ਰੋਈ ਜਾਂਦੀ ਹੋ ਮੈਂ ਦੁਖੀ ਹੋਈ ਖਲੋਤੀ ਆ ਜਿਹੜੇ ਤੁਸੀਂ ਆਦੀ ਔਲਾਦ ਨੂੰ ਘਰੋਂ ਬਾਹਰ ਕੱਢ ਛੱਡਿਆ ਓਏ ਹੋਏ ਇਹ ਦੁਖੀ ਉਹਨਾਂ ਨਾਲ ਕਿਹੜੀ ਗੱਲ ਹੈ ਉਹਨਾਂ ਨੂੰ ਦਫਾ ਹੁੰਦੇ ਉਹਨਾਂ ਦੇ ਸਾਹਮਣੇ ਇੱਥੇ ਨੇੜੇ ਨੇ ਉੱਤੇ ਬੌਕਦੇ ਰਸ ਨੇ ਆਪਾਂ ਉਹਨਾਂ ਨੂੰ ਘਰੇ ਵੜਨ ਹੀ ਨਹੀਂ ਦੇਣਾ ਉਹ ਕਿਤੇ ਆ ਨਾ ਜਾਵਨ ਨਹੀਂ ਨਹੀਂ ਹੁਣ ਆ ਗਏ ਆਪਾਂ ਧੱਕੇ ਮਾਰ ਕੇ ਕੱਢ ਦੇਣਾ ਅੱਛਾ ਹਾਂ ਤੁਸੀਂ ਬੈਠੋ ਪਰ ਜਾਈ ਤੂੰ ਰੋਂਦੀ ਹੋਈ ਇੰਜ ਲੱਗਦੀ ਪਈ ਐ ਜਿਵੇਂ ਗਾਂ ਉਗਾਲੀ ਕਰਦੀ ਪਈ ਹੁੰਦੀ ਆਪਣਾ ਘਰ ਜੰਨਤ ਬਣ ਗਿਆ ਕਮਾਲ ਹੋ ਗਈ ਚਸ ਆ ਗਈ ਅੱਜ ਤਾਂ ਪਾਣੀ ਕੋ ਜ਼ਿਆਦਾ ਹੀ ਮਜ਼ੇਦਾਰ ਹੈ ਲਓ ਮੇਰੀ ਜਾਨ ਹਲੋ ਕਿ ਲੋਣਾ ਲੋਣਾ ਪਾਣੀ ਹੈ ਹਾਂਜੀ ਪਿਆਰ ਸ਼ਾਮਲ ਹੈ ਨਾ ਤਾਂ ਲੋਣਾ ਲੋਣਾ ਹਾਂਜੀ ਪਿਆਰ ਸਕੂਨ ਜ਼ਿੰਦਗੀ ਮਜ਼ੇ ਚ ਮੇਰਾ ਦਿਲ ਕਰਦਾ ਪਿਆ ਮੈਂ ਆਰਾਮ ਕਰ ਲਵਾਂ ਥੋੜਾ ਜਿਹਾ ਹਾਂ ਸੌ ਜਾ ਗਲਾਸ ਇੱਕ ਹੈ ਕਿ ਦੋ ਹੈ ਜੀ ਇਹ ਦੋ ਨੇ ਦੋ ਹੀ ਨਜ਼ਰ ਆ ਰਹੇ ਹਾਂਜੀ ਤੁਸੀਂ ਆਰਾਮ ਕਰ ਲਓ ਸਰ ਜੱਟੀ ਹਾਂਜੀ ਮਿੰਟ ਮਾਰ ਲਾ ਇਹ ਹੁਣ ਲੰਮੇ ਗਏ ਨੇ ਜਿਹੜੀ ਹਰ ਬਲਾ ਲੱਭਦੀ ਆਪਾਂ ਨੂੰ ਪਹੁੰਚ ਕਦੇ ਨਿਕਲੀਏ ਬਾਜੀ ਉਹ ਤੂੰ ਟੈਨਸ਼ਨ ਨਾ ਲੈ ਸਾਰੀ ਰਾਤ ਜਿਹੜਾ ਮੈਂ ਇਸੇ ਕੰਮ ਚ ਗੁਜ਼ਾਰ ਦਿੱਤੀ ਜਿੰਨਾ ਇਹਦੀਆਂ ਨੌਵਾਂ ਦਾ ਜ਼ੇਵਰ ਪੈਸਾ ਕੱਪੜਾ ਲੀੜਾ ਸਾਰਾ ਅੱਛਾ ਚੰਗੇ ਚੰਗਾ ਚੁੱਕ ਲਿਓ ਹੁਣ ਇੰਜ ਕਰੀਏ ਕਿ ਪਹਿਲੇ ਇਹਨਾਂ ਦੀ ਤਲਾਸ਼ੀ ਲਈਏ ਜਿਹੜਾ ਥੋੜਾ ਬਹੁਤ ਇਹਨਾਂ ਕੋਲ ਉਹ ਵੀ ਉਡਾ ਦੇਈਏ ਬਸ ਬਾਜੀ ਤੂੰ ਉਹ ਚੁੱਕ ਪਹਿਲੇ ਤੂੰ ਇਹਦੀ ਤਲਾਸ਼ੀ ਲੈ ਮੈਂ ਉਹਦੀ ਤਲਾਸ਼ੀ ਲੈਣੀ ਐ ਕੋਈ ਪਿੰਡ ਵਾਲਿਓ ਅਸੀਂ ਇਹ ਜਲੂਸ ਇਸ ਵਾਸਤੇ ਕਰਦੇ ਪਏ ਆ ਕਿ ਸਾਡੇ ਪਿਓਵਾਂ ਨੂੰ ਹਦਾਇਤ ਆ ਜਾਵੇ ਕਿਉਂਕਿ ਉਹਨਾਂ ਪਿਛਲੀ ਉਮਰ ਦੇ ਵਿੱਚ ਜਿਹੜਾ ਬੂੜ ਕੀਤਾ ਹੈ ਅਸੀਂ ਕਿਸੇ ਪਾਸੇ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿ ਖੋਤੇ ਆ ਤੇ ਸਾਡੇ ਨਾਲ ਰਹਿ ਕੇ ਤੁਸੀਂ ਇਹ ਇਤਜਾਜ ਕਰੋ ਕੋਟਨ ਮਾਮਾ ਨਾ ਮਨਜ਼ੂਰ ਕੋਟਨ ਮਾਮਾ ਨਾ ਮਨਜ਼ੂਰ ਕੋਟਨ ਮਾਮਾ ਨਾ ਮਨਜ਼ੂਰ ਕੋਟਨ ਮਾਮਾ ਨਾ ਮਨਜ਼ੂਰ ਸਾਡੇ ਅੱਬੇ ਗੁਰਦਾਵਾ ਸਾਡੇ ਅੱਬੇ ਗੁਰਦਾਵਾ ਸਾਡੇ ਅੱਬੇ ਗੁਰਦਾਵਾ ਸਾਡੇ ਅੱਬੇ ਗੁਰਦਾਵਾ ਕੋਟਨ ਮਾਮਾ ਨਾ ਮਨਜ਼ੂਰ ਕੋਟਨ ਮਾਮਾ ਨਾ ਮਨਜ਼ੂਰ ਕੋਟਨ ਮਾਮਾ ਨਾ ਮਨਜ਼ੂਰ ਕੋਟਨ ਮਾਮਾ ਨਾ ਮਨਜ਼ੂਰ
चलो भाई सारे बहनों बिराओ मेरे पिंड आओ तुसी इत्थे खड़ो मैं आज प्यो नू इत्थे बाहर कढ़ के लियाउसा इत्थे मुड़ उन्हां दे सामने आपां एहतजाज करांगे ठीक है ठीक है पिछले भार इश्क पुरानी अरूड़ी की अग होंगी जेड़ी छेती नहीं बुझदी उजाड़ा करके खड़ोंदी ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।